फस्ट गाना हों ना लोगों के व्यूज़ थोनू मिलने शुरू होंगे लोग कहने भी यार पता नहीं इन्नी इंडस्ट्री से लोग गाने वाले बैठे ने है ना जी भी थोड़ा गाना चलूगा नहीं चलूगा मैनू भी यही लग रहा है पर चलो परमात्मा की कृपा के नाल मेरा गाना बहुत वधिया रहा हर एक ने बाद मैं फोन कर करके रिस्पोंस दिता भी थोड़ा गाना भाजी बहुत वधिया असी नॉर्मल फैमिली नाल बिलोंग करते हैं तो हौली हौली तुहानू पता सोंग करन लई भी बहुत सोर्स बनाने पैंदे ने तो मैं हौली हौली सोर्स पैदा किए अपने तो शायद परमात्मा की कृपा अच्छ गाना कढ़िया जी कामां नूं जाहर करन लई थोड़ा टाइम लगता पर जो कहते ना भी मेहनत होंगी तो थोड़ी थोड़ी करके ही बनती है ना जी कहते तुपका तुपका करके ही कहना सागर बन जाता हूँ जी मैं तुम्हें यही दस रहा भी मैनू गाना करन लई भी काफ़ी स्ट्रगल करनी पई जब गल फिर उ शांति दे नाल हौली हौली कर करके ही मैं अपना काम किया जो तुम अग्रैसिव दे विच काम कर दूंगे ना शायद मैं लगता कोई गलत हो जाता ਤੁਸੀਂ ਕਦੇ ਕੰਗਨਾ ਨੂੰ ਵਾਪਸ ਟਵੀਟ ਕਰਕੇ ਰੀਟਵੀਟ ਕਰਕੇ ਜਵਾਬ ਦਿੱਤਾ ਤਾਂ ਟਵੀਟ ਕਰਨ ਦੇ ਨਾਲ ਨਾ ਸਗੋਂ ਅਗਰੈਸਿਵਨ ਪੈਦਾ ਹੋ ਜਾਂਦਾ ਆਪਾਂ ਨੂੰ ਕੀ ਅਗਲੇ ਦੀ ਇੱਛਾ ਹੈ ਜੋ ਅਗਲਾ ਕਰਦਾ ਹੈ ਉਹ ਅਗਲੇ ਦੀ ਮੈਂਟੈਲਿਟੀ ਆ ਜੋ ਕਰਦਾ ਹੈ ਨਾ ਪਰ ਆਪਾਂ ਨੂੰ ਆਰਾਮ ਦੇ ਨਾਲ ਹੀ ਸ਼ਾਂਤੀ ਦੇ ਨਾਲ ਆਪਣਾ ਪ੍ਰੋਟੈਸਟ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼ ਤੁਹਾਨੂੰ ਦੱਸਦੀ ਹੈ ਕਿ ਬਹੁਤ ਸਾਰੇ ਪੰਜਾਬੀ ਗਾਇਕ ਜੇ ਹੈ ਇੰਡਸਟਰੀ ਦੇ ਵਿੱਚ ਕਦਮ ਰੱਖਦੇ ਨੇ ਅਤੇ ਅੱਜ ਅਜਿਹਾ ਪਹਿਲਾ ਗਾਇਕ ਹੈ ਜਿਹਦਾ ਗੀਤ ਪਹਿਲੇ ਰਿਲੀਜ਼ ਹੋ ਚੁੱਕਿਆ ਹੈ ਲੇਕਿਨ ਉਸਨੂੰ ਭਰਵਾਂ ਜਿਹਾ ਹੁੰਗਾਰਾ ਮਿਲ ਰਿਹਾ ਹੈਰੀ ਗਿੱਲ ਮੇਰੇ ਨਾਲ ਨੇ ਜਦ ਆਪਾਂ ਗੀਤ ਲੈ ਕੇ ਆਉਂਦੇ ਹਾਂ ਕਿੰਨੀ ਕਰ ਹਲਚਲ ਰਹਿੰਦੀ ਹੈ ਦਿਲ ਦਿਮਾਗ ਦੇ ਵਿੱਚ ਕਿ ਪਹਿਲੇ ਗੀਤ ਨੂੰ ਭਰਵਾਂ ਹੁੰਗਾਰਾ ਮਿਲੇਗਾ ਨਹੀਂ ਮਿਲੇਗਾ ਲੋਕ ਪਸੰਦ ਕਰਨਗੇ ਨਹੀਂ ਕਰਨਗੇ ਉਸ ਦੇ ਨਾਲ ਹੀ ਇੱਕ ਹੋਰ ਚੀਜ਼ ਕਈ ਵਾਰੀ ਲੋਕ ਆਪਣੇ ਆਪ ਨੂੰ ਵਾਇਰਲ ਕਰਨ ਲਈ ਬਹੁਤ ਕੁਛ ਕਰਦੇ ਨੇ ਨਹੀਂ ਤੁਹਾਡੀ ਗੱਲਾਂ ਪੂਤਰਾ ਮੈਂ ਸਹਿਮਤ ਹਾਂ ਦੇਖੋ ਜੋ ਫਸਟ ਗਾਣਾ ਹੁੰਦਾ ਨਾ ਲੋਕਾਂ ਦੇ ਵਿਊਜ਼ ਤੁਹਾਨੂੰ ਮਿਲਣੇ ਸ਼ੁਰੂ ਹੁੰਦੇ ਆ ਲੋਕ ਐਂ ਕਹਿੰਦੇ ਆ ਵੀ ਯਾਰ ਪਤਾ ਨਹੀਂ ਇੰਨੀ ਇੰਡਸਟਰੀ 'ਚ ਲੋਕ ਗਾਣੇ ਵਾਲੇ ਬੈਠੇ ਨੇ ਹੈ ਨਾ ਜੀ ਵੀ ਤੁਹਾਡਾ ਗਾਣਾ ਚੱਲੂਗਾ ਨਹੀਂ ਚੱਲੂਗਾ ਮੈਨੂੰ ਵੀ ਇਹੀ ਲੱਗ ਰਿਹਾ ਸੀ ਮੈਂ ਤੁਸੀਂ ਮੰਨੂਗੇ ਨਹੀਂ ਜਿਸ ਦਿਨ ਮੇਰਾ ਗਾਣਾ ਰਿਲੀਜ਼ ਹੋਣਾ ਸੀ ਨਾ ਤਾਂ ਕੁਦਰਤੀ ਮੇਰੀ ਨਾ 2 ਵਜੇ ਅੱਖ ਖੁੱਲ੍ਹ ਗਈ ਅਤੇ ਮੈਂ ਉਸ ਦਿਨ ਦਾ ਹੀ 2 ਵਜੇ ਜਾਗਦਾ ਸੀ ਤਾਂ ਸਵੇਰ ਤੋਂ ਹੀ ਵੀ ਟੈਨਸ਼ਨ ਪਈ ਵੀ ਸੀ ਪਤਾ ਨਹੀਂ ਕੀ ਬਣਨਾ ਮੇਰੇ ਗਾਣੇ ਦਾ ਪਰ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰਾ ਗਾਣਾ ਬਹੁਤ ਵਧੀਆ ਰਿਹਾ ਹਰ ਇੱਕ ਨੇ ਬਾਅਦ ਦੇ ਵਿੱਚ ਮੈਨੂੰ ਫੋਨ ਕਰ ਕਰਕੇ ਰਿਸਪੋਂਸ ਦਿੱਤਾ ਵੀ ਤੁਹਾਡਾ ਗਾਣਾ ਭਾਅ ਜੀ ਬਹੁਤ ਵਧੀਆ ਤੁਸੀਂ ਵੀ ਧਮਾਕਾ ਹੀ ਕਰਤਾ ਗਾਣਾ ਕਰਕੇ ਬਹੁਤ ਵਧੀਆ ਗਾਣਾ ਲੱਗਿਆ ਸਰ ਹਾਂਜੀ ਐਕਚੁਅਲੀ ਹੁਣ ਗਾਇਕੀ ਦੇ ਵੱਲ ਜ਼ਿਆਦਾ ਧਿਆਨ ਦੇ ਰਹੇ ਪਹਿਲਾਂ ਤਾਂ ਕਹਿ ਰਹੇ ਸੀ ਕਿ ਨਹੀਂ ਚਲੋ ਗਾਇਕ ਨਹੀਂ ਹੈ ਕਿ ਟਿਊਨ ਦੇ ਉੱਤੇ ਲਾ ਕੇ ਟੋਨਰ ਦੇ ਉੱਤੇ ਲਾ ਕੇ ਆਪਣੇ ਆਪ ਨੂੰ ਗਾਇਕ ਬਣਾ ਲੈਣਾ ਲੇਕਿਨ ਹੁਣ ਅਗਰ ਕਾਕਾ ਦੀ ਗੱਲ ਕਰੀਏ ਹੁਣ ਕਾਕਾ ਵਰਗੇ ਗਾਇਕ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਅਗਰ ਉਹਦਾ ਗੀਤ ਸ਼ੇਅਰ ਨਾ ਹੁੰਦਾ ਕਿਸੇ ਵੱਡੇ ਗਾਇਕ ਤੋਂ ਸ਼ਾਇਦ ਉਹ ਵੀ ਇੰਨਾ ਵੱਡਾ ਸਟਾਰ ਨਹੀਂ ਬਣ ਪਾਉਂਦਾ ਨਹੀਂ ਇਹ ਸੱਚ ਗੱਲ ਆ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਸਿੰਗਿੰਗ ਤੁਹਾਨੂੰ ਨਿਖਾਰਨੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਆਪਣੇ ਗਲੇ ਪਰ ਕਿਉਂਕਿ ਲੋਕ ਟਿਊਨਿੰਗ ਦੇ ਆਧਾਰ 'ਤੇ ਵੀ ਗਾਣਾ ਗਾ ਲੈਂਦੇ ਨੇ ਪਰ ਜੇ ਤੁਹਾਡੇ ਆਪਣੇ ਆਪ ਗਲੇ ਦੇ ਵਿੱਚ ਦਮ ਹੈਗਾ ਅਤੇ ਤੁਸੀਂ ਰਿਆਜ਼ ਕਰਦੇ ਹੋ ਤਾਂ ਕੁਦਰਤੀ ਤੁਹਾਡਾ ਗਲਾ ਨਿਖਰਨ ਲੱਗ ਜਾਂਦਾ ਹੈ ਕਾਕਾ ਜੀ ਬਹੁਤ ਵਧੀਆ ਗਾ ਰਹੇ ਨੇ ਇਸ ਟਾਈਮ ਇੰਡਸਟਰੀ ਦੇ ਵਿੱਚ ਪੂਰੇ ਛਾਏ ਹੋਏ ਨੇ ਬਹੁਤ ਵਧੀਆ ਗਾ ਰਹੇ ਨੇ ਹਾਂਜੀ ਉੱਦਾਂ ਜਦ ਤੁਸੀਂ ਕਿਸੇ ਗਾਇਕ ਨੂੰ ਦੇਖਦੇ ਹੋ ਜਾਂ ਕਿਸੇ ਨੂੰ ਵੇਖਦੇ ਹੋ ਤੁਹਾਡੇ ਕਦੇ ਕਦੇ ਇੰਪਰੈਸ਼ਨ ਆਉਂਦਾ ਯਾਰ ਮੈਂ ਇਸ ਤਰ੍ਹਾਂ ਦਾ ਸੌਂਗ ਜ਼ਰੂਰ ਕਰਨਾ ਕਿਤੇ ਨਾ ਕਿਤੇ ਮੈਨੂੰ ਅੱਗੇ ਲੈ ਕੇ ਜਾਏਗਾ ਕਿਉਂਕਿ ਇੱਕ ਆਪਣੀ ਕੀ ਕਹਿੰਦੇ ਨਾ ਸਾਡੀ ਪਸੰਦ ਹੁੰਦੀ ਹੈ ਆਪਾਂ ਸਟੋਨ 'ਚ ਗਾ ਸਕਦੇ ਹਾਂ ਕਈਆਂ ਨੂੰ ਬੀਟ ਸੌਂਗ ਬਹੁਤ ਵਧੀਆ ਲੱਗਦੇ ਨੇ ਕਈਆਂ ਨੂੰ ਸੈਡ ਸੌਂਗਸ ਬਹੁਤ ਵਧੀਆ ਲੱਗਦੇ ਨੇ ਅਤੇ ਆਪਣਾ ਕੀ ਫਲੇਵਰ ਹੈ ਦੇਖੋ ਜੀ ਮੇਰਾ ਫੋਕ ਸੌਂਗ ਫਲੇਵਰ ਆ ਅਤੇ ਮੈਨੂੰ ਬੀਟ ਸੌਂਗ ਹੀ ਗਾਣੇ ਜ਼ਿਆਦਾ ਵਧੀਆ ਲੱਗਦੇ ਨੇ ਠੀਕ ਹੈ ਜੀ ਪਤਾ ਨਹੀਂ ਕੁਦਰਤੀ ਸ਼ੁਰੂ ਤੋਂ ਰਿਹਾ ਚਲੋ ਆਪਾਂ ਸੈਡ ਸੌਂਗ ਵੀ ਗਾਉਂਦੇ ਰਹੇ ਹਾਂ ਅਸੀਂ ਸੁਣਦੇ ਰਹੇ ਹਾਂ ਸਰਦੂਲ ਭਾਅ ਜੀ ਨੂੰ ਗੁਰਬਖਸ਼ ਸ਼ੌਂਕੀ ਭਾਅ ਜੀ ਨੂੰ ਹੈ ਨਾ ਜੀ ਬਹੁਤ ਵਧੀਆ ਗਾਉਂਦੇ ਨੇ ਉਹ ਪਰ ਜੋ ਸਾਡਾ ਟੇਸਟ ਆ ਉਹ ਜ਼ਿਆਦਾਤਰ ਬੀਟ ਸੌਂਗ ਦਾ ਹੀ ਹੈ ਜੀ ਜੀ ਸਰਦੂਲ ਭਾਅ ਜੀ ਦੇ ਤੁਸੀਂ ਜ਼ਿਕਰ ਕੀਤਾ ਤਾਂ ਉਹ ਹਮੇਸ਼ਾ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਸੀ ਪਰ ਹਮੇਸ਼ਾ ਮਾਡਲਸ ਲੈਂਦੇ ਸੀ ਅਤੇ ਮੈਂ ਇਸ ਦੇਖਿਆ ਤੁਸੀਂ ਆਪ ਹੀ ਮਾਡਲਿੰਗ ਕਰ ਰਹੇ ਹੋ ਤਾਂ ਸੋ ਕਿਵੇਂ ਦਾ ਫੀਲ ਆਇਆ ਇੱਕ ਐਕਟਰ ਦੇ ਵਾਂਗ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਇੱਕ ਸਟੋਰੀ ਲਾਈਨ ਹੁੰਦੀ ਉਸ ਦੇ ਉੱਤੇ ਚੱਲਣਾ ਹਾਂਜੀ ਦੇਖੋ ਜੀ ਐਂ ਹੁੰਦਾ ਸਿਸਟਮ ਅਸੀਂ ਨਾ ਥੋੜ੍ਹਾ ਬਹੁਤਾ ਮੈਂ ਕਾਲਜ ਟਾਈਮ ਦੇ ਵਿੱਚ ਆਪਾਂ ਕਰਦੇ ਰਹੇ ਹਾਂ ਕਰੈਕਟਰ ਵਗੈਰਾ ਜੀ ਕਾਲਜ ਦੇ ਯੂਥ ਫੈਸਟੀਵਲ ਦੇ ਵਿੱਚ ਅਸੀਂ ਜਾਂਦੇ ਰਹੇ ਸੀ ਉਸ 'ਤੇ ਐਕਟਿੰਗ ਦਾ ਵੀ ਤੁਹਾਨੂੰ ਹਲਕਾ ਹਲਕਾ ਸਾਨੂੰ ਸ਼ੌਂਕ ਸੀਗਾ ਅਸੀਂ ਸਾਰਾ ਕੁਛ ਮੈਂ ਹੌਲੀ ਹੌਲੀ ਕਰਦਾ ਰਿਹਾ ਯਾਨੀ ਕਿ ਚਲੋ ਇਸ਼ਾਵਾਂ ਨੂੰ ਜ਼ਾਹਰ ਕਰਨ ਲਈ ਥੋੜ੍ਹਾ ਜਿਹਾ ਟਾਈਮ ਲੱਗਦਾ ਪਰ ਜੋ ਕਹਿੰਦੇ ਨਾ ਵੀ ਮਿਹਨਤ ਹੁੰਦੀ ਉਹ ਤਾਂ ਥੋੜ੍ਹੀ ਥੋੜ੍ਹੀ ਕਰਕੇ ਹੀ ਬਣਦੀ ਹੈ ਹੈ ਨਾ ਜੀ ਕਹਿੰਦੇ ਤੁਪਕਾ ਤੁਪਕਾ ਕਰਕੇ ਹੀ ਕਹਿੰਦਾ ਸਾਗਰ ਬਣ ਜਾਂਦਾ ਹੁੰਦਾ ਜੀ ਇਸ ਤਰ੍ਹਾਂ ਕਰਕੇ ਆਪਣਾ ਹੌਲੀ ਉੱਦਾਂ ਫਿਰ 2020 'ਚ ਕਰੋਨਾ ਵੀ ਸੀ ਤਾਂ ਇਹ ਤਾਂ ਨਹੀਂ ਹੋਇਆ ਕਿ ਕਰੋਨਾ ਦੇ ਵਿਚਕਾਰ ਬਹੁਤ ਸਾਰੀ ਗਾਇਕੀ ਨੂੰ ਸਮੇਂ ਦੇ ਪਾਇਓ ਨਹੀਂ ਨਹੀਂ ਇਹੋ ਜਿਹੀ ਨਹੀਂ ਸਗੋ ਰਿਹਾ ਮੈਂ ਤਾਂ ਸਗੋ ਆਪਣਾ ਵਰਕ ਸੀਗਾ ਮੇਰਾ ਨਾ ਮਾੜਾ ਮੋਟਾ ਕੰਮ ਕਾਰ ਕਰਦੇ ਰਹੇ ਹਾਂ ਸਗੋਂ ਕਰੋਨਾ 'ਚ ਵੀ ਥੋੜ੍ਹਾ ਜਿਹਾ ਟਾਈਮ ਚਲੋ ਮਿਲਿਆ ਹੈ ਪਰ ਮੇਰਾ ਕੰਮ ਵੀ ਟਾਈਮ ਤੋਂ ਪਹਿਲਾਂ ਕੰਮ ਹੋਇਆ ਹੋਇਆ ਸੀ ਕਰੋਨਾ ਤੋਂ ਪਹਿਲਾਂ ਦੀ ਸਾਡੀ ਸਲਾਹ ਸੀ ਵੀ ਅਸੀਂ ਇਹਨਾਂ ਨੂੰ ਰਿਲੀਜ਼ ਕਰ ਦਈਏ ਸੌਂਗ ਨੂੰ ਪਿਛਲੇ ਸਾਲ ਹੀ ਸਾਡਾ ਰਿਲੀਜ਼ ਕਰਨ ਦਾ ਪੂਰੀ ਇੱਛਾ ਸੀਗੀ ਗਾਣੇ ਨੂੰ ਰਿਲੀਜ਼ ਕਰਨ ਦੀ ਪਰ ਚਲੋ ਟਾਈਮ ਲੱਗ ਗਿਆ
ਕੋਲੋਂ ਵਧੀਆ ਹੋ ਗਿਆ ਪਰ ਫਿਰ ਵੀ ਪਰਮਾਤਮਾ ਦੀ ਕਿਰਪਾ ਜੀ ਨਾਲ। ਅਗਰ ਕਰੰਟ ਸਿਚੁਏਸ਼ਨ ਦੀ ਗੱਲ ਕਰੀਏ ਹੁਣ ਜ਼ਿਆਦਾਤਰ ਗਾਇਕ ਜੇ ਹੈ ਆਪਾਂ ਕਿਉਂਕਿ ਕਿਸਾਨ ਮੋਰਚਾ ਚੱਲ ਰਿਹਾ, ਕਿਸਾਨ ਸੰਘਰਸ਼ ਦੀ ਗੱਲ ਹੋ ਰਹੀ ਹੈ, ਅੰਤਰਰਾਸ਼ਟਰੀ ਪੱਧਰ ਤੱਕ ਗੱਲ ਚੱਲ ਰਹੀ ਹੈ, ਅਤੇ ਕਦੇ ਸੋਚਿਆ ਕਿ ਕਿਸਾਨੀ ਲਈ ਵੀ ਕੋਈ ਗੀਤ ਲੈ ਕੇ ਆਵਾਂ ਜਿਸ ਤਰ੍ਹਾਂ ਦਾ ਮਾਹੌਲ ਕਿਸਾਨਾਂ ਦੇ ਨਾਲ ਹੈ, ਉਹਦੇ ਹੱਕ ਸੱਚ ਲਈ ਵੀ ਆਵਾਜ਼ ਕੱਢਾਂ? ਦੇਖੋ ਜੀ, ਇੱਛਾ ਬਹੁਤ ਆ ਵੀ ਕਿਸਾਨੀਆਂ ਦੇ ਲਈ ਗਾਣਾ ਕੱਢੀਏ, ਕਿਉਂਕਿ ਉਹ ਆਪਣੇ ਆਪ ਨੂੰ ਨਾ ਪ੍ਰੋਟੈਸਟ ਕਰ ਰਹੇ ਨੇ। ਮੈਂ ਤਾਂ ਉਹਨਾਂ ਨੂੰ ਇਹ ਕਹੂੰਗਾ, ਸਰਕਾਰ ਨੂੰ ਬੇਨਤੀ ਕਰੂੰਗਾ ਕਿ ਸਾਡੇ ਕਿਸਾਨ ਭਰਾ ਬੈਠੇ ਨੇ ਉੱਥੇ, ਠੀਕ ਹੈ ਜੀ, ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਕੇ ਉਹ ਵਾਪਸ ਆਪਣੇ ਘਰ ਖੁਸ਼ੀ ਖੁਸ਼ੀ ਆਉਣ ਅਤੇ ਸਾਡੇ ਪੰਜਾਬ ਨੂੰ ਫਿਰ ਦੁਬਾਰਾ ਖੁਸ਼ਹਾਲ ਬਣਾਉਣ, ਆਪਣੀ ਮਿਹਨਤ ਦੇ ਨਾਲ ਸਾਡੇ ਪੰਜਾਬ ਨੂੰ ਹੋਰ ਵਧੀਆ ਬਣਾਉਣ। ਤੁਸੀਂ ਕਦੇ ਕੰਗਨਾ ਨੂੰ ਵਾਪਸ ਟਵੀਟ ਕਰਕੇ ਰੀਟਵੀਟ ਕਰਕੇ ਜਵਾਬ ਦਿੱਤਾ ਜਾਂ ਕਿਸੇ ਨੂੰ ਅਜਿਹਾ ਕੀਤਾ? ਕਿਉਂਕਿ ਕਈ ਕਈ ਵਾਰ ਕੀ ਹੁੰਦਾ ਕਿ ਲੋਕ ਆਪਣੇ ਆਪ ਨੂੰ ਇਹ ਪ੍ਰੂਵ ਕਰਨ ਲਈ ਕਿ ਆਪਾਂ ਪੰਜਾਬ ਦੇ ਨੇ, ਪੰਜਾਬ ਦੇ ਲਈ ਧਰਤੀ ਲਈ ਖੜ੍ਹੇ ਨੇ, ਕਿਉਂਕਿ ਹੁਣ ਬੋਲੀਵੁੱਡ ਨੂੰ ਪਹਿਲੇ ਆਪਾਂ ਬੋਲੀਵੁੱਡ ਦੇ ਵੱਲ ਜਾਂਦੇ ਸੀ, ਲੇਕਿਨ ਬੋਲੀਵੁੱਡ ਦੇ ਲੋਕਾਂ ਨੇ ਵੀ ਕਿਸਾਨ ਮੋਰਚੇ ਨੂੰ ਆਪਣਾ ਉਹ ਨਹੀਂ ਦਿੱਤਾ, ਹਿਮਾਇਤ ਨਹੀਂ ਦਿੱਤੀ, ਹੈ ਨਾ, ਆਪਣਾ ਦੋਸਤੀ ਦਾ ਹੱਥ ਨਹੀਂ ਵਧਾਇਆ, ਉਲਟਾ ਉਹ ਸਰਕਾਰ ਦੀ ਜੇ ਹੈਗੇ ਉਹ ਤਵੱਜੋ ਜ਼ਿਆਦਾ ਦੇ ਰਹੇ ਨੇ। ਠੀਕ ਹੈ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਨਾ ਆਪਾਂ ਆਪਣੀ ਪ੍ਰੋਟੈਸਟ ਜੇ ਕੋਈ ਕਰਨਾ ਤਾਂ ਸ਼ਾਂਤੀ ਦੇ ਨਾਲ ਹੀ ਕਰਨਾ ਚਾਹੀਦਾ, ਠੀਕ ਹੈ ਜੀ। ਉਹ ਮੇਰਾ ਗਾਣਾ ਵੀ ਕਹਿੰਦਾ ਕੂਲ ਮਾਇੰਡ, ਸ਼ਾਂਤੀ ਦੇ ਨਾਲ ਕੰਮ ਕਰੋ ਜੋ ਕਰਨਾ, ਹੈ ਨਾ, ਸ਼ਾਂਤੀ ਦੇ ਨਾਲ ਹੀ ਰਹਿਣਾ ਚਾਹੀਦਾ ਬੰਦੇ ਨੂੰ, ਬਾਕੀ ਤਾਂ ਜੋ ਕਰਨਾ ਪਰਮਾਤਮਾ ਨੇ ਕਰਨਾ, ਪਰ ਹੌਲੀ ਹੌਲੀ ਅਤੇ ਸ਼ਾਂਤੀ ਨਾਲ। ਇਹ ਜੋ ਟਵੀਟ ਕਰਨ ਨਾਲ ਕੁਛ ਨਹੀਂ ਬਣਦਾ ਕਿਸੇ ਦਾ ਵੀ, ਇਹ ਤਾਂ ਟਵੀਟ ਕਰਨ ਦੇ ਨਾਲ ਨਾ ਸਗੋਂ ਅਗਰੈਸਿਵਪਣ ਪੈਦਾ ਹੋ ਜਾਂਦਾ। ਆਪਾਂ ਨੂੰ ਕੀ, ਅਗਲੇ ਦੀ ਇੱਛਾ ਹੈ, ਜੋ ਅਗਲਾ ਕਰਦਾ ਹੈ ਉਹ ਅਗਲੇ ਦੀ ਮੈਂਟੈਲਿਟੀ ਆ ਜੋ ਕਰਦਾ, ਹੈ ਨਾ, ਪਰ ਆਪਾਂ ਨੂੰ ਆਰਾਮ ਦੇ ਨਾਲ ਹੀ ਸ਼ਾਂਤੀ ਦੇ ਨਾਲ ਆਪਣਾ ਪ੍ਰੋਟੈਸਟ ਕਰਨਾ ਚਾਹੀਦਾ ਅਤੇ ਆਪਾਂ ਆਪਣਾ ਕੰਮ ਕਰੋ ਬਸ। ਕੂਲ ਮਾਇੰਡ ਬਹੁਤ ਜ਼ਿਆਦਾ ਰਹਿ ਰਹੇ ਨੇ, ਕੂਲ ਮਾਇੰਡ ਦੀ ਆਪਾਂ ਗੱਲ ਕਰਦੇ ਨੇ ਤਾਂ ਬਹੁਤ, ਤੁਸੀਂ ਕਿਹਾ ਨਾ ਐਗਰੈਸਿਵ ਨਹੀਂ ਹੋਣਾ ਚਾਹੀਦਾ, ਸੋ ਆਈ ਥਿੰਕ ਉਹ ਤੁਹਾਡੇ ਆਪਣੇ ਵਿਚਕਾਰ ਵੀ ਹੈ, ਤਾਂ ਹੀ ਤੁਸੀਂ ਕੂਲ ਮਾਇੰਡ ਗੀਤ ਦਾ ਟਾਈਟਲ ਰੱਖਿਆ, ਕਿਉਂਕਿ ਬਹੁਤ ਸੋਚ ਸਮਝ ਕੇ ਚਾਲ ਚੱਲਣੀ, ਭਾਵੇਂ ਸ਼ਤਰੰਜ ਦੀ ਹੋਵੇ ਜਾਂ ਕਿਸੇ ਵੀ ਜ਼ਿੰਦਗੀ ਦੀ ਰਾਹ ਹੋਵੇ। ਹਾਂਜੀ, ਇਹ ਤਾਂ ਗੱਲ ਸੱਚੀ ਹੈ ਜੀ, ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਮੈਨੂੰ ਗਾਣਾ ਕੱਢਣ ਕਰਨ ਲਈ ਵੀ ਕਾਫੀ ਸਟਰਗਲ ਕਰਨੀ ਪਈ, ਜਦੋਂ ਗੱਲ ਫਿਰ ਉੱਥੇ ਆ ਜਾਂਦੀ ਵੀ ਸ਼ਾਂਤੀ ਦੇ ਨਾਲ ਹੌਲੀ ਹੌਲੀ ਕਰ ਕਰਕੇ ਹੀ ਮੈਂ ਆਪਣਾ ਕੰਮ ਕੀਤਾ। ਜੇ ਤੁਸੀਂ ਅਗਰੈਸਿਵ ਦੇ ਵਿੱਚ ਕੰਮ ਕਰ ਦੂੰਗੇ ਨਾ, ਸ਼ਾਇਦ ਮੈਨੂੰ ਲੱਗਦਾ ਕੋਈ ਗਲਤ ਹੋ ਜਾਂਦਾ, ਕੋਈ ਨਾ ਕੋਈ ਗਲਤ ਹੋ ਜਾਂਦਾ, ਸ਼ਾਂਤੀ ਦੇ ਨਾਲ ਹੀ ਸਾਰਾ ਕੰਮ ਹੱਲ ਹੁੰਦੇ ਨੇ ਸਾਰੇ। ਟੋਟਲੀ ਸਟਰਗਲ ਕਿਸ ਤਰ੍ਹਾਂ ਦਾ ਰਿਹਾ? ਤੁਹਾਨੂੰ ਮੈਂ ਦੱਸ ਰਿਹਾ ਵੀ ਮੈਂ ਕਾਲਜ ਲਾਈਫ ਤੋਂ ਕਰਦਾ ਰਿਹਾ, ਕਿਉਂਕਿ ਮੇਰੀ ਨਾ ਬੈਕਗਰਾਊਂਡ ਜ਼ਿਆਦਾ ਵਧੀਆ ਨਹੀਂ ਹੈ, ਅਸੀਂ ਨੋਰਮਲ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ, ਅਤੇ ਹੌਲੀ ਹੌਲੀ ਤੁਹਾਨੂੰ ਪਤਾ ਸੌਂਗ ਕਰਨ ਲਈ ਵੀ ਬਹੁਤ ਸੋਰਸ ਬਣਾਉਣੇ ਪੈਂਦੇ ਨੇ, ਅਤੇ ਮੈਂ ਹੌਲੀ ਹੌਲੀ ਸੋਰਸ ਪੈਦਾ ਕੀਤੇ ਆਪਣੇ, ਅਤੇ ਸ਼ਾਇਦ ਪਰਮਾਤਮਾ ਦੀ ਕਿਰਪਾ ਨਾਲ ਅੱਜ ਗਾਣਾ ਕੱਢਿਆ ਜੀ। ਜਿਹਦੇ ਅਗਰ ਥੈਂਕ ਕਰਨਾ ਹੋਵੇ ਜ਼ਿੰਦਗੀ ਦੇ ਵਿੱਚ ਕਿਸੇ ਨੂੰ, ਕਿਉਂਕਿ ਇਹ ਗੀਤ ਆਇਆ ਹੈਗਾ, ਤਾਂ ਕਿਸ ਨੂੰ ਥੈਂਕ ਯੂ ਕਰਨਾ ਚਾਹੋਗੇ? ਸਭ ਤੋਂ ਪਹਿਲਾਂ ਦੇਖੋ ਜੀ, ਆਪਣੀ ਫੈਮਿਲੀ ਨੂੰ ਮੈਂ ਥੈਂਕ ਕਰੂੰਗਾ, ਕਿਉਂਕਿ ਉਹਨਾਂ ਨੇ ਮੈਨੂੰ ਫੁੱਲ ਸਪੋਰਟ ਕੀਤਾ ਗਾਣੇ ਦੀ, ਕਿਉਂਕਿ ਅੱਧੇ ਲੋਕ ਇਹੋ ਜਿਹੇ ਬੈਠੇ ਆ ਜਿਹੜੇ ਵੀ ਕਈਆਂ ਦੀ ਫੈਮਿਲੀ ਸਪੋਰਟ ਕਰਦੀ ਆ ਪਰ ਉਹ ਸਕਸੈਸ ਨਹੀਂ ਹੋ ਪਾਉਂਦੇ। ਇਹ ਵੀ ਕੁਦਰਤੀ ਹੁੰਦਾ ਵੀ ਫੈਮਿਲੀ ਵੀ ਸਪੋਰਟ ਕਰੇ, ਤੁਹਾਡੀ ਕਿਸਮਤ ਵੀ ਸਾਥ ਦੇਵੇ, ਤੁਸੀਂ ਥੋੜ੍ਹੇ ਜਿਹੇ ਕਾਮਯਾਬ ਹੋ ਜਾਓ। ਇਹ ਮੇਰੀ ਫੈਮਿਲੀ ਮੈਨੂੰ ਫੁੱਲ ਸਪੋਰਟ ਕੀਤਾ, ਮੈਂ ਆਪਣੀ ਫੈਮਿਲੀ ਨੂੰ ਥੈਂਕਸ ਕਰਨਾ ਚਾਹਾਂਗਾ। ਵੈਸੇ ਵੀ ਮਾਂ ਬਾਪ ਤੋਂ ਪਰਿਵਾਰ ਤੋਂ ਵੱਧ ਕੇ ਕੋਈ ਨਹੀਂ ਹੁੰਦਾ, ਕੁਝ ਲੋਕ ਚਾਰ ਦਿਨ ਖੜੇ ਹੋਣਗੇ, ਬਾਅਦ 'ਚ ਤਾਂ ਪਰਿਵਾਰ ਨਹੀਂ ਕੜਨਾ। ਹਾਂਜੀ ਹਾਂਜੀ, ਇਹ ਸੱਚ ਗੱਲ ਆ ਜੀ। ਤਾਂ ਫਿਰ ਅਗਰ ਪਰਿਵਾਰ ਦੇ ਲਈ ਕੋਈ ਗੀਤ ਗਾਣਾ ਹੋਵੇ, ਕੋਈ ਗੀਤ ਡੈਡੀਕੇਟ ਕਰਨਾ ਹੋਵੇ, ਤਾਂ ਹੈਰੀ ਦੇ ਦਿਮਾਗ 'ਚ ਕੀ ਆਉਣਾ, ਜਾਂ ਕੁਛ ਅਜਿਹਾ ਕਰਨਾ ਹੋਵੇ ਪਰਿਵਾਰ ਦੇ ਲਈ, ਜੇ ਸਮੇਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਮੇਰੇ ਲਈ ਕੀਤਾ, ਤਾਂ ਤੁਸੀਂ ਪਰਿਵਾਰ ਲਈ ਕੀ ਕਰਨਾ ਚਾਹੋਗੇ? ਦੇਖੋ ਜੀ, ਪਰਿਵਾਰ ਨਾਲ ਹੀ ਸਾਰਾ ਕੁਛ ਆ ਨਾ, ਗਾਣਾ ਵੀ ਆਇਆ ਸੀਗਾ, ਸਾਰੇ ਪਾਸੇ ਸੁੱਖ ਹੋਣ, ਕਿਸੇ ਨੂੰ ਨਾ ਦੁੱਖ ਹੋਣ, ਆਮੀ ਬਾਬਾ ਨਾਨਕਾ ਤੂੰ, ਆਮੀ ਬਾਬਾ ਨਾਨਕਾ ਜੀਆਂ, ਇਹੋ ਜਿਹੀਆਂ ਖੁਸ਼ੀਆਂ ਲੈ, ਆਮੀ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲੈ, ਆਮੀ ਬਾਬਾ ਨਾਨਕਾ, ਇਹੋ ਜਿਹੀਆਂ। ਕਦੇ ਕਦੇ ਮੈਂ ਵੀ ਸ਼ੌਕ 'ਤੇ ਗਾ ਲੈਂਦੀ ਹਾਂ, ਪਰ ਮੈਂ ਬਾਥਰੂਮ ਸਿੰਗਰ ਹੈਗੀ ਹਾਂ ਜ਼ਿਆਦਾ। ਪਰ ਅੱਜ ਗਾਇਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ, ਹੈ ਨਾ, ਗਾਇਕ ਬਹੁਤ ਜ਼ਿਆਦਾ ਵੱਧ ਗਏ, ਕੰਟੈਂਟ ਬਹੁਤ ਵਧੀਆ ਹੋ ਗਿਆ, ਕੰਟੈਂਟ ਉੱਤੇ ਵੀ ਲੋਕ ਵਾਇਰਲ ਹੋਣ ਦੇ ਲਈ, ਕਈ ਵਾਰ ਕਿਸੇ ਨੂੰ ਜਵਾਬ ਦੇਣ ਦੇ ਲਈ ਜਾਂ ਹਾਜ਼ਰ ਜਵਾਬ ਹੋਣ ਦੇ ਲਈ ਗੀਤ ਕੱਢਦੇ ਹੋ, ਤਾਂ ਕਦੇ ਸੋਚਿਆ ਕਿ ਮੈਂ ਇਸ ਤਰ੍ਹਾਂ ਵਾਇਰਲ ਹੋਣ ਦੇ ਲਈ ਕੋਈ ਗੀਤ ਲੈ ਕੇ ਆਵਾਂਗਾ ਜਾਂ ਉਸਨੂੰ ਜਵਾਬ ਦੇਵਾਂਗਾ ਉਸ ਗਾਇਕ ਨੂੰ ਉਸ ਗੀਤ ਰਾਹੀਂ ਜਾਂ ਉਸ ਗੀਤ ਰਾਹੀਂ? ਨਹੀਂ ਨਹੀਂ ਨਹੀਂ, ਮੈਂ ਇਹ ਕਦੇ ਕਦੇ ਸੋਚਿਆ ਹੀ ਨਹੀਂ ਹੈਗਾ ਦਿਮਾਗ ਦੇ ਵਿੱਚ। ਜੇ ਐਵੇਂ ਕਰਨਾ ਹੁੰਦਾ ਤਾਂ ਸ਼ਾਇਦ ਮੈਂ ਤਾਂ ਕੱਦਾ ਅੱਜ ਤੋਂ ਕਾਫੀ ਟਾਈਮ ਪਹਿਲਾਂ ਹੀ ਕਰ ਦਿੰਦਾ, ਪਰ ਮੈਂ ਸੋਚਿਆ ਨਹੀਂ। ਮੈਂ ਕਹਿੰਦਾ ਵੀ ਜੋ ਇੱਕ ਤਰੀਕਾ ਹੈ ਨਾ, ਬੰਦੇ ਨੂੰ ਉਹੀ ਅਡੋਪਟ ਕਰਨਾ ਚਾਹੀਦਾ, ਜੋ ਆਪਣਾ ਸਰਕਲ ਚੱਲਦਾ ਹੈ ਨਾ, ਉਸ ਨਾਲ ਤੁਸੀਂ ਕਰੋਗੇ ਤਾਂ ਤੁਹਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਊਗੀ, ਤੁਸੀਂ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਵਧੀਆ ਸਟੇਬਲ ਕਰ ਸਕਦੇ ਹੋ। ਇਹਨਾਂ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ ਕਿ ਹੌਲੀ ਹੌਲੀ ਚੱਲਣਾ ਹੈ, ਅਤੇ ਜੇ ਰਾਹ ਹੈ ਉਹ ਬਹੁਤ ਇੰਪੋਰਟੈਂਟ ਹੈ, ਉਸ ਉੱਤੇ ਪਹੁੰਚਣ ਦੇ ਲਈ ਕਦੇ ਵੀ ਗਲਤ ਰਾਹ ਉੱਤੇ ਨਹੀਂ ਪੈਣਾ। ਕੈਮਰਾਮੈਨ ਦਵਿੰਦਰ ਦੇ ਨਾਲ ਨਿਰੂਪ ਜਲਵਾਨ, ਫੈਕਟ ਨਿਊਜ਼।
हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।